ਇਹ ਕੁਛ ਦਿਨ ਪਹਿਲੋਂ ਨਿਰਮਲ ਕੌਰ ਆ ਜਸਵੰਤ ਕੌਰ ਜਸਵੰਤ ਸਿੰਘ ਮਹੱਲੇ 'ਚ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ। ਉਹਨਾਂ ਦੇ ਬਿਆਨ ਦੇ ਉੱਤੇ ਮੁਕੱਦਮਾ ਨੰਬਰ 198 ਡੇਟਡ 25/9/24 ਨੂੰ ਥਾਣੇ ਸਿਟੀ ਦਰਜ ਕੀਤਾ ਸੀ, ਜਿਹਦੀ ਤਫਤੀਸ਼ ਦੇ ਸੰਬੰਧ 'ਚ ਅਸੀਂ ਇੱਕ ਦੋਸ਼ੀ ਅਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਖਾ, ਇਹ ਹੈਗਾ ਨੂਰ ਦੀ ਅੱਡੇ ਦਾ। ਅਤੇ ਪੁੱਛਗਿੱਛ 'ਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ। ਉਹ ਫਾਇਰਿੰਗ 'ਚ ਵਰਤਿਆ ਗਿਆ ਪਿਸਟਲ ਵੀ ਬਰਾਮਦ ਹੋ ਗਿਆ ਵਾ, ਅਤੇ ਇਹਦਾ ਇੱਕ ਸਾਥੀ ਵਰਿੰਦਰ ਆ ਉਹ ਅਜੇ ਅਰੈਸਟ ਕਰਨ ਵਾਲਾ ਰਹਿੰਦਾ, ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ। ਇੱਦਾਂ ਹੀ ਕੱਲ੍ਹ SHO ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਾਤੇ ਵਿਅਕਤੀ ਸ਼ੱਕੀ ਹਾਲਤ 'ਚ ਫੇਰ ਰਹੇ ਆ, ਜਿੱਥੇ ਪੁਲਿਸ ਪਾਰਟੀ ASI ਸੁਖਦੇਵ ਸਿੰਘ ਦੇ ਨਾਲ ਉੱਥੇ ਸਰਚ ਕਰਨ ਲਈ ਗਈ ਅਤੇ ਉੱਥੇ ਵਰਨ ਸੱਬਰਵਾਲ ਅਤੇ ਇੱਕ ਬਾਅਦ 'ਚ ਪਛਾਣ ਹੋਈ ਕਰਨ ਮੁੰਡਾ, ਇਹ ਦੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ, ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਦੇ ਕੋਲੋਂ ਸਾਨੂੰ 315 ਦੇ ਕੱਟੇ ਮਿਲੇ ਆ, ਅਤੇ ਇਹਦੇ ਖਿਲਾਫ਼ ਵੀ ਪਰਚਾ ਦਰਜ ਕਰਕੇ ਗਾਂਹ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ। ਸਰ ਇਹਨਾਂ ਦੇ ਪਹਿਲਾਂ ਕੋਈ ਮੁਕੱਦਮਾ ਦਰਜ ਹੈ? ਹਾਂ, ਵਿਸ਼ਾਲ ਸ਼ਾਖੇ 'ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ, ਅਤੇ ਆ ਵਰਨ 'ਤੇ ਅਜੇ ਪਹਿਲਾਂ ਹੀ ਪਰਚਾ ਵਾ, ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪੜਤਾਲ ਕਰਨ ਡੇ। ਸਰ ਇਹਨਾਂ ਦੇ ਆਪਸ ਕੀ ਸੰਬੰਧ ਹੈ ਦੋਵਾਂ ਦੇ, ਵਿਸ਼ਾਲ ਸ਼ਾਖਾ ਦੇ ਨਾਲ? ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜੇ ਜਿੱਦਾਂ ਗੈਂਗ ਟੈਪ ਜਿਹੇ ਬਣਾਏ ਛੋਟੇ ਛੋਟੇ ਜੇ। ਇਹ ਜਿਹੜਾ ਵਿਸ਼ਾਲ ਆ ਇਹ ਤਾਂ ਇੱਥੋਂ ਦਾ ਤਰਨ ਤਾਰਨ ਦਾ, ਇਹ ਨੂਰ ਦੀ ਅੱਡੇ ਦਾ ਰਹਿਣ ਵਾਲਾ, ਅਤੇ ਜਿਹੜਾ ਦੂਸਰਾ ਵਰਨ ਸੱਭਰ ਵਾਲਾ ਉਹ ਜਲੰਧਰ ਦਾ ਰਹਿਣ ਵਾਲਾ, ਰਾਜੀਵ ਗਾਂਧੀ ਵਿਹਾਰ ਆ ਉੱਥੇ ਜਲੰਧਰ, ਉੱਥੋਂ ਦਾ ਰਹਿਣ ਵਾਲਾ, ਅਤੇ ਇੱਥੇ ਇਹਦੀ ਭੂਆ ਵਾ ਤਰਨ ਤਾਰਨ, ਇਹ ਭੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ, ਇਹ ਉਹਨੂੰ ਹੀ ਮਿਲਣ ਆਇਆ ਸੀ ਅਤੇ ਇੱਥੋਂ ਹੀ ਬਾਕੀ ਲੜਕਿਆਂ ਨਾਲ ਰਲ ਕੇ। ਨਹੀਂ, ਖੋਹ ਵਾਲੀ ਕੋਈ ਗੱਲਬਾਤ ਨਹੀਂ ਗੀ, ਅਤੇ ਸਾਨੂੰ ਉੱਥੇ ਘੁੰਮਣ ਡਏ ਸੀ, ਸ਼ਾਇਦ ਕੋਈ ਵਾਰਦਾਤ ਕਰਦੇ, ਉੱਥੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਟੋਟਲ 3 ਪਿਸਟਲ ਇੱਕ ਦੋਸ਼ੀ ਕੋਲ ਫੜੇ ਗਏ ਅਤੇ ਇੱਕ ਪਿਸਟਲ ਇੱਕ ਦੋ 4 ਟੋਟਲ ਫੜੇ, ਮੁਕੱਦਮੇ ਦਰਜ ਕਰ ਲਏ ਆ, ਗਾਹ ਹੁਣ ਤਫਤੀਸ਼ ਕਰਨੇ, ਜੋ ਜੋ ਗਾਹ ਨਵੇਂ ਤੱਥ ਆਉਣਗੇ ਫਿਰ ਤੁਹਾਨੂੰ ਦੱਸਾਂਗੇ। ਸਰ ਗੋਲੀ ਚਲਾਉਣ ਦਾ ਕਾਰਨ ਕੀ ਸੀ? ਇਹ ਮੈਂ ਤੁਹਾਨੂੰ ਦੱਸਿਆ ਨਾ, ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ, ਇੱਕ ਦੂਜੇ 'ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦਿੰਦੇ ਆ, ਅਤੇ ਹੁਣ ਅਰੈਸਟ ਹੋ ਗਿਆ, ਹੁਣ ਸਖਤੀ ਨਾਲ ਪੁੱਛਗਿੱਛ ਕਰ ਰਹੇ ਇਹਨਾਂ ਕੋਲ। 3 ਦਾ ਰਿਮਾਂਡ ਮਿਲੇ ਜੀ। ਨਹੀਂ, ਉਹਦੀ ਵੀ ਤਫਤੀਸ਼ ਚੱਲ ਰਹੀ ਆ, ਰਾਊਂਡ ਅਪ ਕੀਤੇ ਆ, ਕਾਫੀ ਪੁੱਛਗਿੱਛ ਕਰ ਰਹੇ ਆ, ਜਲਦੀ ਜਿਹੜਾ ਉਹ ਵੀ ਸਾਊਟ ਆਊਟ ਕਰ ਲਵਾਂਗੇ।